मुंबई के चैंबूर इलाके विच एक सिख नौजवान इंदर सिंह उपर जानलेवा हमला होया है अते उसनु महज इसलिए गंभीर सट्टा मार मौत दे मुंह विच पहुंचा दिता गया क्योंकि उसने एक शख्स नु मुंह ते मास्क पहनण दी मत दित्ती सी जो सलीम सदीकी नामी उस शख्स नु इस कदर नागवार गुजरी कि उसने अपने साथी लिया इंदर सिंह अते उसदे नाल उसदे भरा उपर हथियारां नाल हमला बोल दिता। इंदर सिंह गंभीर हालत विच जेरे इलाज है। यह वारदात मुंबई के तिलक नगर थाना खेतर दी है। नागवेड़ी दे लखंडे रोड उपर दोहां भरावां उपर ਐਤਵਾਰ ਦੀ ਰਾਤ ਕਰੀਬ 8 ਵਜੇ ਇੱਕ ਕਾਤਲਾਨਾ ਹਮਲਾ ਹੋਇਆ। ਇਸ ਹਮਲੇ ਵਿੱਚ ਇੰਦਰ ਸਿੰਘ ਦੇ ਸਿਰ ਅਤੇ ਲੱਕ ਵਿੱਚ ਡੂੰਘੇ ਜ਼ਖਮ ਹੋਏ ਹਨ। ਉਹ ਕਾਟਕੋਪਰ ਦੇ ਰਾਜਾਵਾੜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਆਪ ਜੀ ਵੇਖਣ ਦੇ ਆ ਆਪਣੇ ਵੀਰ ਜਿਹੜੇ ਹਸਪਤਾਲ ਵਿੱਚ ਐਡਮਿਟ ਨੇ ਇਹਨਾਂ ਨੂੰ ਸੰਡੇ ਨੂੰ ਰਾਤ ਦੇ 9:30 ਵਜੇ ਕਰੀਬਨ 150-200 ਮੁੰਡਿਆਂ ਨੇ ਮਿਲ ਕੇ ਕੁੱਟਿਆ ਸੀ। ਕੋਈ ਜ਼ਿਆਦਾ ਵੱਡੀ ਗੱਲਬਾਤ ਨਹੀਂ, ਛੋਟਾ ਜਿਹਾ ਰੀਜ਼ਨ ਸੀ। ਜਦੋਂ ਵੀਰਾਂ ਨੇ ਉਹਨਾਂ ਨੂੰ ਕਿਹਾ 4-5 ਮੁੰਡੇ ਰੋਡ 'ਤੇ ਘੁੰਮਣ ਡੇ ਕਿ ਤੁਸੀਂ ਮਾਸਕ ਪਾ ਕੇ ਘੁੰਮੋ, ਇੱਦਾਂ ਨਾ ਘੁੰਮੋ, ਇਹ ਤੁਹਾਡੇ ਲਈ ਵੀ ਸੇਫ ਨਹੀਂ ਹੈਗਾ ਅਤੇ ਦੂਜਿਆਂ ਲਈ ਵੀ ਨਹੀਂ ਹੈਗਾ। ਪਰ ਉਹਨਾਂ ਨੇ ਇਹਨਾਂ ਦੀ ਗੱਲ ਨਹੀਂ ਮੰਨੀ ਅਤੇ ਇਹਨਾਂ ਦੇ ਨਾਲ ਇਹਨਾਂ ਦੇ ਭਰਾ ਸੀ। ਉਹ ਤੋਂ ਬਾਅਦ ਇਹਨਾਂ ਨੂੰ ਉਲਟੀ ਗਾਲ ਕੱਢ ਕੇ ਕਹਿੰਦੇ ਕਿ ਸਰਦਾਰ ਤੂੰ ਆਪਣਾ ਕੰਮ ਕਰ, ਤੇਰੇ ਕੋਈ ਜ਼ਰੂਰਤ ਨਹੀਂ ਹੈ ਬੋਲਣੇ ਕੀ। ਅਤੇ ਜਦੋਂ ਵੀਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸੀਰੀਅਸ ਹੈ ਬਾਤ ਕਰੋ, ਅਤੇ ਇੰਨੇ ਵਿੱਚ ਉਹ ਗਾਲਾਂ ਕੱਢਣ ਲੱਗ ਪਏ। ਫਿਰ ਇਹਨਾਂ ਦੇ ਨਿੱਕੇ ਵੀਰ ਨੇ ਜਦੋਂ ਉਹਨਾਂ ਨੂੰ ਚਪੇੜ ਮਾਰੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੁਛ ਨਹੀਂ ਬੋਲਿਆ, ਚਲ ਗਏ। ਰਾਤ ਨੂੰ 9:30 ਵਜੇ ਘੱਟ ਤੋਂ ਘੱਟ 150-200 ਬੰਦੇ ਇਕੱਠੇ ਕਰਕੇ ਇਹਨਾਂ ਦੇ ਘਰ ਦੇ ਬਾਹਰ ਉਹਨਾਂ ਨੇ ਡੇਰਾ ਲਾ ਲਿਆ। ਜਦੋਂ ਵੀਰ ਸ਼ਾਮੀ ਬਾਹਰ ਨਿਕਲੇ, ਪਹਿਲਾਂ ਤਾਂ ਆ ਕੇ ਇਹਨਾਂ ਦੀ ਪੱਗ ਨੂੰ ਹੱਥ ਮਾਰਿਆ, ਉਸ ਤੋਂ ਬਾਅਦ ਉਹਨੂੰ ਹੱਥ ਮਾਰਿਆ, ਉਸ ਤੋਂ ਬਾਅਦ ਇਹਨਾਂ ਦੇ ਵਾਲ ਖੋਲ੍ਹ ਕੇ ਕਿਰਪਾਨਾਂ ਨਾਲ ਇਹਨਾਂ 'ਤੇ ਹਮਲਾ ਕੀਤਾ ਗਿਆ। ਵੀਰਾਂ ਨੂੰ ਬੇਨਤੀ ਹੈ ਕਿ ਫਿਰ ਇਹਨਾਂ ਦੇ ਨਿੱਕੇ ਵੀਰ ਨੇ ਜੋ DSGMC ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਇਸ ਘਟਨਾ ਦੀ ਸਖ਼ਤ ਲਹਿਜੇ 'ਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇੰਦਰ ਸਿੰਘ ਵੱਲੋਂ ਸਿਰਫ ਹਮਲਾਵਰ ਨੂੰ ਮਾਸਕ ਪਹਿਨਣ ਲਈ ਕਿਹਾ ਗਿਆ ਸੀ, ਜਿਸ 'ਤੇ ਉਸਨੇ ਆਪਣੇ ਸਾਥੀਆਂ ਸਮੇਤ ਉਸ ਉੱਪਰ ਕਾਤਲਾਨਾ ਹਮਲਾ ਬੋਲ ਦਿੱਤਾ। ਖਾਲਸਾ ਜੀ, ਜਿਵੇਂ ਤੁਸੀਂ ਸਾਰੇ ਜਾਣਦੇ ਜੇ, ਇਤਵਾਰ ਨੂੰ ਚੈਂਬੂਰ ਦੇ ਅੰਦਰ ਸਲੀਮ ਸਦੀਕੀ ਔਰ ਉਹਦੇ ਸਾਥੀਆਂ ਨੇ ਮਿਲ ਕੇ ਇੱਕ ਸਿੱਖ ਨੌਜਵਾਨ ਉੱਤੇ ਹਮਲਾ ਕੀਤਾ। ਇੰਦਰ ਸਿੰਘ ਰਾਣਾ, ਜਿਹਦੇ ਪਿਤਾ ਸੁਰਿੰਦਰ ਸਿੰਘ ਰਾਣਾ ਇੱਕ ਸੁਲਭ ਸ਼ੌਚਾਲਿਆ 'ਚ ਸੀਗੇ, ਉੱਥੇ ਕੁਛ ਇਹ ਸਦੀਕੀ ਔਰ ਉਹਨਾਂ ਦੇ ਸਾਥੀ ਆਏ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਸੀ। ਉਹਨਾਂ ਦੇ ਬੇਟੇ ਨੇ ਕਿਹਾ ਕਿ ਤੁਸੀਂ ਮਾਸਕ ਪਾਓ, ਬਿਨਾਂ ਮਾਸਕ ਦੇ ਇੱਥੇ ਨਾ ਘੁੰਮੋ। ਇਸ ਨੂੰ ਲੈ ਕੇ ਦੋਵਾਂ ਦੇ ਆਪਸ ਅੰਦਰ ਗਰਮੋ ਗਰਮੀ ਹੋਈ ਔਰ ਉਸ ਤੋਂ ਬਾਅਦ ਇੰਦਰ ਸਿੰਘ ਆਪਣੇ ਘਰ ਪਹੁੰਚ ਜਾਂਦਾ ਹੈ ਔਰ ਸਦੀਕੀ ਆਪਣੇ ਕੁਝ ਸਾਥੀਆਂ ਨੂੰ ਲੈ ਕੇ, ਤਕਰੀਬਨ 50 ਦੇ ਆਸ ਪਾਸ ਲੋਕਾਂ ਨੂੰ ਲੈ ਕੇ ਅਤੇ ਇੰਦਰ ਸਿੰਘ ਦੇ ਘਰ ਪਹੁੰਚਦਾ ਹੈ ਔਰ ਜਿਵੇਂ ਹੀ ਇੰਦਰ ਬਾਹਰ ਆਉਂਦਾ ਹੈ ਉਸ 'ਤੇ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ। ਉਸ ਨੂੰ ਬੜੀ ਬੁਰੀ ਤਰ੍ਹਾਂ ਜ਼ਖਮੀ ਕੀਤਾ ਜਾਂਦਾ ਹੈ। 50 ਤੋਂ ਜ਼ਿਆਦਾ ਉਸਦੇ ਸਰੀਰ 'ਤੇ ਟਾਂਕੇ ਲੱਗੇ ਨੇ, ਉਹਦੇ ਪੇਟ ਅੰਦਰ, ਉਹਦੇ ਸਿਰ ਦਾ ਪਿਛਲਾ ਸਕਲਪ ਜਿਹੜਾ ਸੀ ਆਲਮੋਸਟ ਖੋਲ੍ਹ ਦਿੱਤਾ ਗਿਆ ਸੀ। ਇਸ ਸਾਰੀ ਦੀ ਕੱਲ੍ਹ ਮੇਰੀ ਉੱਥੋਂ ਦੇ ਸਪੈਸ਼ਲ ਕਮਿਸ਼ਨਰ ਨਾਲ ਗੱਲਬਾਤ ਹੋਈ। ਇਹਨਾਂ ਸਾਰੇ ਲੋਕਾਂ ਨੂੰ ਅਰੈਸਟ ਕਰ ਲਿਆ ਗਿਆ। 4 ਲੋਕ ਜਿਹੜੇ ਸੀਗੇ ਬਾਈ ਨੇਮ FIR ਸੀ, ਉਹ ਅਰੈਸਟ ਨੇ। ਬਾਕੀ ਲੋਕ ਜਿਹੜੇ ਨੇ ਉਹਨਾਂ ਨੂੰ ਪੁਲਿਸ ਉਹਨਾਂ ਨੂੰ ਅਰੈਸਟ ਕਰ ਰਹੀ ਆ। ਪੁਲਿਸ ਨੇ ਇਸ ਗੱਲ ਦਾ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਹਰ ਸੂਰਤ ਅੰਦਰ ਬਾਕੀ ਲੋਕਾਂ ਨੂੰ ਅਰੈਸਟ ਕਰਾਂਗੇ ਔਰ ਇਹਨਾਂ ਦੇ ਖਿਲਾਫ਼ ਜੋ 307 ਦੇ ਅੰਦਰ ਮੁਕੱਦਮਾ ਦਰਜ ਹੋਇਆ ਹੈ ਇਹਦੀ ਟ੍ਰਾਇਲ ਜਲਦੀ ਕੰਪਲੀਟ ਕਰਾ ਕੇ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ। ਮੈਂ ਇੰਦਰ ਸਿੰਘ ਜੀ ਦੇ ਪਿਤਾ ਸਰਦਾਰ ਸੁਰਿੰਦਰ ਸਿੰਘ ਜੀ ਰਾਣਾ ਨਾਲ ਗੱਲਬਾਤ ਕੱਲ੍ਹ ਵੀ ਕੀਤੀ ਸੀ, ਅੱਜ ਵੀ ਹੁਣੇ ਜਾਣਕਾਰੀ ਲਈ। ਇੰਦਰ ਸਿੰਘ ਬਿਲਕੁਲ ਤੰਦਰੁਸਤ ਆ, ਠੀਕ ਆ। ਉਸਦੇ ਪਿਤਾ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ, ਦਿੱਲੀ ਦੇ ਸਿੱਖਾਂ ਵੱਲੋਂ ਮੈਂ ਆਸ਼ਵਾਸਨ ਦਿੱਤਾ ਕਿ ਜੋ ਵੀ ਤੁਹਾਨੂੰ ਲੋੜ ਹੋਊਗੀ ਸਾਡਾ ਦਿੱਲੀ ਦੇ ਸਿੱਖ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੁਹਾਡੇ ਨਾਲ ਖੜੀ। ਸਿੰਘ ਜੀ ਦੀ ਸਿਹਤ ਜ਼ਾਬਦਾ ਦੀ ਪਰਮਾਤਮਾ ਦੇ ਅੱਗੇ ਅਰਦਾਸ ਕਾਮਨਾ ਕਰਦਾ। ਉੱਥੇ ਹੀ ਇਸ ਲੜਾਈ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਲੜੂਗੀ ਔਰ ਅਸੀਂ ਯਕੀਨੀ ਬਣਾਵਾਂਗੇ ਜਿਨ੍ਹਾਂ ਨੇ ਗੁੰਡਾਗਰਦੀ ਬੁਰਸ਼ਾਗਰਦੀ ਕੀਤੀ ਆ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਦਿੱਲੀ ਦੇ ਸਿੱਖ ਹਰ ਉਸ ਮੁੱਦੇ ਵਾਸਤੇ ਬੜੇ ਸੰਜੀਦਗੀ ਰਹਿੰਦੇ ਨੇ। ਉਧਰ DSGMC ਦੇ ਸਾਬਕਾ ਮੁਖੀ ਮਨਜੀਤ ਸਿੰਘ ਜੀਕੇ ਨੇ ਇੰਦਰ ਸਿੰਘ ਦੇ ਪਿਤਾ ਨਾਲ ਗੱਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਪੁਲਿਸ ਨਾਲ ਵੀ ਗੱਲ ਹੋਈ ਹੈ। ਇਸ ਮਾਮਲੇ ਵਿੱਚ 4 ਜਣੇ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ। ਉਹਨਾਂ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਤੋਂ ਇੱਕ ਬੰਬੇ ਤੋਂ ਕਾਫੀ ਦੁਖਦਾਈ ਖਬਰ ਆ ਰਹੀ ਸੀ। ਇੱਕ ਸਿੱਖ ਨੌਜਵਾਨ ਬੱਚਾ ਜਿਸ ਨੂੰ ਤਲਵਾਰਾਂ ਨਾਲ, ਚੱਕੂਆਂ ਨਾਲ ਉਸ 'ਤੇ ਹਮਲਾ ਕੀਤਾ ਗਿਆ। ਬੁਰੀ ਤਰ੍ਹਾਂ ਉਹਦਾ ਸਿਰ ਜਿਹੜਾ ਸੀ ਕਾਫੀ ਜ਼ਿਆਦਾ ਵੱਡਾ ਫੱਟ ਲੱਗਾ ਸੀ ਉਹਦੀ ਪਿੱਠ 'ਤੇ, ਉਹਦੇ ਮੂੰਹ 'ਤੇ, ਉਹਦੇ ਹੋਰ ਜਗ੍ਹਾ 'ਤੇ, ਔਰ ਕੋਈ ਨਾ ਕੋਈ ਦੁਕਾਨ ਲਗਾਉਣ ਦੇ ਕਿਸੇ ਜਗ੍ਹਾ 'ਤੇ ਬੰਬੇ ਦੇ ਚੈਂਬੂਰ ਇਲਾਕੇ ਦੇ ਵਿੱਚ ਇਹ ਹਾਦਸਾ ਵਾਪਰਿਆ ਸੀਗਾ। ਔਰ ਉਹ ਬੱਚੇ ਨੂੰ ਹੋਸਪਿਟਲ ਲਿਜਾਇਆ ਗਿਆ, ਕਾਫੀ ਉਹਦੀ ਹਾਲਤ ਜਿਹੜੀ ਸੀ ਉਹ ਗੰਭੀਰ ਸੀ। ਬਹੁਤ ਦੁਨੀਆ ਦੇ ਫੋਨ ਮੈਨੂੰ ਆ ਰਹੇ ਸੀ ਇਸ ਇਸ਼ੂ ਦੇ ਉੱਤੇ।
मैं उत्थे सार मलकीत सिंह बल और सार जसपाल सिंह होरां नाल गल कीती और उन्हां नूं ड्यूटी लाई सी फॉलोअप करन दी। मेरी बच्चे दा नाँ इंदर सिंह, उहदे फादर दा नाँ सुरिंदर सिंह, मेरी सार सुरिंदर सिंह होरां नाल भी गल होई और पुलिस दे कमिश्नर साहब उत्थों दे उन्हां नाल भी मेरी गल होई। पुलिस ने उस ते बड़ी सख्ती नाल एक्शन कीता है और हुण तक 4 बंदियां नूं अरेस्ट कर लिया गया है। पुलिस ने अपनी कार्रवाई शुरू कर दिती गई है और बच्चा जिहड़ा हॉस्पिटल च है इस वेले वो खतरे तो बाहर है। असी ये पूरा दबाव बनाया और साड़ी बॉम्बे की समूह साध संगत ने, होर कमेटियां ने भी, कि सख्त तो सख्त सज़ा इन्हां लोकां नूं दिती जावे जिन्हां ने इस सिख बच्चे दे नाल इहो जिहा जानलेवा हमला कीता है। फिलहाल ये सिख नौजवान इंदर सिंह खतरे तो बाहर है। पुलिस इस मामले विच हुण तक 4 गिरफ्तारियां कर चुकी है अते छापेमारी जारी। ग्लोब एडवाइस ओवरसीज एजुकेशन ते इमीग्रेशन कंपनी हैगी है, सानू 35 साल का एक्सपीरियंस है। असी बच्चों उन्होंने प्रोग्राम सिलैक्शन ते स्कॉलरशिप्स विच हेल्प करने हैं। असी बच्चों अप टू 50 लाख तक स्कॉलरशिप्स लैके दित्तियां हुई ने। असी बच्चों के वीज़ा LORs SOP हेल्प करने हैं ते पोस्ट लैंडिंग सर्विसेज विच एयरपोर्ट पिकअप ते उन्हां दी टेंपरेरी अकोमोडेशन दा इंतजाम भी करने हां। जेकर तुहानूं साडा इह उपराला चंगा लगा है तां इस नूं लाइक करो, शेयर करो अते साडे YouTube चैनल नूं सबसक्राइब करो।